ਸਾਨੂੰ ਪਾਣੀ ਦੀ ਬਹੁਤ ਪੀਣ ਵਾਲੇ ਦੀ ਮੁਸ਼ਕਲ ਹੈ ਜੀ, ਬਹੁਤ ਦੂਰ ਮੁਸ਼ਕਲ ਆ ਪਾਣੀ ਦੇ, ਬੰਦੇ ਹੁਣ ਤਾਂ ਪਾਣੀ ਲੈ ਆਉਂਦੇ ਆ, ਨਹੀਂ ਤਾਂ ਅਸੀਂ ਫਿਰ ਘਰੇ ਬੈਠੇ ਨੇ, ਜਦੋਂ ਬੰਦੇ ਆਉਣਗੇ ਸ਼ਾਮ ਨੂੰ ਉਦੋਂ ਪਾਣੀ ਲਿਆਉਣਗੇ। ਦੋਸਤੋ ਅੱਜ ਸਾਨੂੰ ਮੌਕਾ ਮਿਲਿਆ, ਅਸੀਂ ਪਿੰਡ ਖੁਰਲਾਪੁਰ ਦੇ ਨੇੜੇ ਦਰਿਆ ਦੇ ਸਤਲੁਜ ਦੇ ਵਿੱਚ, ਇਹ ਜਿਹੜਾ ਨੋਚ ਆਪਾਂ ਜਾਂ ਤੁਸੀਂ ਕਹਿ ਸਕਦੇ ਹਾਂ, ਇਹਦੇ ਉੱਤੇ ਸਾਡੇ 20-25 ਘਰ ਇੱਥੇ ਬੈਠੇ ਆ, ਇਹਨਾਂ ਨੂੰ ਅਸੀਂ ਮਿਲਣ ਵਾਸਤੇ ਆਏ ਹਾਂ ਦੁਬਾਰਾ। ਤੋ ਅੱਜ ਤੋਂ ਕੁਝ ਸਮਾਂ ਪਹਿਲਾਂ ਇਸ ਦਰਿਆ ਦੇ ਵਿੱਚ, ਸਤਲੁਜ ਦਰਿਆ ਦੇ ਵਿੱਚ ਬੜਾ ਵੱਡਾ ਹੜ੍ਹ ਆਇਆ ਸੀ, ਔਰ ਇਸ ਜਿੱਥੇ ਆਪਾਂ ਖੜ੍ਹੇ ਹਾਂ ਇੱਥੇ ਵੀ 2-2 ਫੁੱਟ ਪਾਣੀ ਵਗਦਾ ਰਿਹਾ। ਇਹ ਲੋਕਾਂ ਨੇ ਹਿੰਮਤ ਕਰਕੇ ਇਹ ਜਿਹੜੀ ਬੰਨ ਆ ਜਾਂ ਨੋਚ ਆ ਇਹਦੇ ਉੱਤੇ ਮਿੱਟੀ ਵਗੈਰਾ ਪਾ ਕੇ ਇਹਨੂੰ ਬਚਾਇਆ, ਔਰ ਫਸਲਾਂ ਇਹਨਾਂ ਦੀਆਂ ਲਗਭਗ ਸਾਰੀਆਂ ਹੀ ਖਰਾਬ ਹੋ ਗਈਆਂ, ਜਿਹੜੇ ਪੱਠੇ ਜਾਂ ਚਾਰਾ ਸੀ ਉਹ ਵੀ ਖਰਾਬ ਹੋ ਗਿਆ। ਸੋ ਚਾਰੇ ਵਾਸਤੇ ਸਰਬੱਤ ਦਾ ਭਰਾ ਚੈਰੀਟੇਬਲ ਟਰੱਸਟ ਵੱਲੋਂ 2 ਟਰੱਕ ਇਸ ਏਰੀਏ ਦੇ ਵਿੱਚ ਫੀਡ ਦੇ ਵੰਡੇ ਗਏ, ਪਸ਼ੂ ਫੀਡ ਦੇ ਵੰਡੇ ਗਏ, ਜਿਹਦੇ ਨਾਲ ਕੁਛ ਨਾ ਕੁਛ ਇਹਨਾਂ ਦਾ ਸਮਾਂ ਪਾਸ ਹੋਇਆ। ਸੋ ਆਪਾਂ ਅੱਜ ਇਹਨਾਂ ਫਿਰ ਜਿਹੜੇ ਇੱਥੇ ਲੋਕ ਸਾਡੇ ਰਹਿੰਦੇ ਆ, ਫਿਰ ਮੈਂ ਦੱਸਣਾ ਚਾਹੁੰਦਾ ਵੀ ਇਹ ਸਤਲੁਜ ਦਰਿਆ ਦੇ ਵਿਚਲਾ ਏਰੀਆ ਜਿੱਥੇ ਪਾਣੀ ਵਗਦਾ, ਔਰ ਬੰਨਾਂ ਦੇ ਅੰਦਰਲੇ ਬੰਨੇ ਲੋਕ ਬੈਠੇ ਆ। ਸੋ ਵੀਰ ਜੀ ਕੀ ਨਾਂ ਤੁਹਾਡਾ? ਕੁੰਦਨ ਸਿੰਘ ਜੀ, ਪਿੰਡ ਖੁਰਲਾਪੁਰ ਦੇ ਰਹਿਣ ਵਾਲਾ ਜੀ। ਕੁੰਦਨ ਸਿੰਘ ਮੇਰਾ ਨਾਂ ਆ ਜੀ, ਪੁਰਾਣਾ ਪਿੰਡ ਮੇਰਾ ਸ਼ੇਰਖਾਂ ਵਾਲਾ ਸੀ ਮਾਨਸਾ ਜ਼ਿਲ੍ਹੇ 'ਚ ਜੀ। ਅੱਛਾ, ਉੱਥੋਂ ਤੁਸੀਂ ਫਿਰ ਇੱਥੇ ਕਿਵੇਂ ਆ ਕੇ ਸੈੱਟ ਹੋਏ? ਇੱਥੇ ਜੀ ਮੁੰਡਾ ਫਰਨੀਚਰ ਦਾ ਕੰਮ ਜਾਣਦਾ ਸੀਗਾ ਜੀ। ਜੀ ਜੀ ਜੀ। ਅਤੇ ਫਿਰ ਉੱਥੋਂ ਫਰਨੀਚਰ ਦੇ ਕੰਮ 'ਚ ਇੱਥੇ ਕੰਮ ਨਹੀਂ ਮਿਲਿਆ, ਉੱਥੋਂ ਨਾਲ ਵੀ ਤੰਗੀ 'ਚ ਆ ਗਏ ਜੀ। ਅੱਛਾ, ਇੱਥੇ ਆਪਣੇ ਕੋਲ ਪੈਲੀ ਤੁਹਾਡੀ ਆਪਦੀ ਕਿੰਨੀ ਹੈ? ਨਹੀਂ ਪੈਲੀ ਨਹੀਂ ਹੈਗੀ ਜੀ ਆਪਦੀ, ਠੇਕੇ ਤੇ ਲਈ ਹੋਈ ਆ 2.5 ਕਿੱਲੇ ਜੀ। 2.5 ਕਿੱਲੇ, ਹਾਂਜੀ। ਅੱਛਾ, ਇਸ ਵਾਰੀ ਝੋਨਾ ਤੁਹਾਡਾ ਕੁਛ ਬਚਿਆ ਕਿ ਖਰਾਬ? ਨਹੀਂ ਜੀ, ਕੁਛ ਵੀ ਦਾਣਾ ਵੀ ਨਹੀਂ ਹੋਇਆ ਜੀ। ਅੱਛਾ, ਠੀਕ ਹੈ। ਸੋ ਹੜ੍ਹ ਤੋਂ ਬਾਅਦ ਇੱਕ ਤਾਂ ਦੇਖੋ ਤੁਹਾਡੀ ਫਸਲ ਸਾਰੀ ਮਾੜੀ ਗਈ, ਪੈਲੀ ਤੁਹਾਡੇ ਕੋਲ ਠੇਕੇ 'ਤੇ ਸੀਗੀ। ਇੱਥੇ ਆਪਾਂ ਕਿੰਨੇ ਘਰ ਬੈਠੇ ਹਾਂ? ਇੱਥੇ ਅਸੀਂ ਹੋਵਾਂਗੇ 25-30 ਘਰ ਹੋਵਾਂਗੇ ਜੀ ਸਰ। ਅੱਛਾ ਅੱਛਾ, ਨੌਚ 'ਤੇ ਹਾਂ ਜੀ, ਦਰਿਆ ਦੇ ਕਿਨਾਰੇ 'ਤੇ। ਮਤਲਬ ਇੱਕ ਤਾਂ ਦੇਖੋ ਜਦੋਂ ਹੜ੍ਹ ਆਇਆ ਉਸ ਤੋਂ ਬਾਅਦ ਸਰਕਾਰ ਨੇ ਜਾਂ ਕੋਈ ਸਰਕਾਰੀ ਮਹਿਕਮੇ ਨੇ ਤੁਹਾਡੀ ਬਾਂਹ ਫੜੀ ਕੋਈ? ਨਹੀਂ ਜੀ ਫੜੀ। ਕੋਈ ਜਿਹੜੀ ਤੁਹਾਡੀ ਫਸਲ ਮਾਰੀ ਗਈ ਉਹਦਾ ਮੁਆਵਜ਼ਾ ਵਗੈਰਾ ਮਿਲਿਆ? ਨਹੀਂ ਮਿਲਿਆ ਜੀ, ਹਜੇ ਤਾਂ ਕੁਛ ਨਹੀਂ ਮਿਲਿਆ। ਕੋਈ ਹੋਰ ਦਾਣਾ ਪੱਕਾ ਜਾਂ ਕੋਈ ਪੱਠਾ ਡੱਕਾ, ਕੋਈ ਬੀਜ ਖਾਦ? ਨਹੀਂ ਜੀ, ਉਹ ਪਿੰਡਾਂ ਵਾਲੇ ਸਹਾਇਤਾ ਕਰਦੇ ਰਹੇ ਆ, ਲੰਗਰ ਪਾਣੀ ਦੀ ਵੀ, ਪਾਣੀ ਵੀ ਪਿਆਉਣ ਦੀ। ਠੀਕ ਹੈ, ਉਹ ਸਹਾਇਤਾ ਕਰਦੇ ਰਹੇ, ਪੱਠੇ ਵੀ ਪਿੰਡਾਂ 'ਚੋਂ ਬਾਹਰੋਂ ਆਉਂਦੇ ਰਹੇ ਆ। ਹੋਰ ਤੁਹਾਡੀ ਮਦਦ, ਜਿਵੇਂ ਅਸੀਂ ਆਏ ਸੀ, ਹੋਰ ਕੋਈ ਸੰਸਥਾ ਆਈ ਤੁਹਾਡੀ ਮਦਦ ਵਾਸਤੇ ਇੱਥੇ? ਨਹੀਂ ਜੀ, ਹੋਰ ਕੋਈ ਨਹੀਂ। ਅੱਛਾ, ਇਹ ਪਾਣੀ ਆਪਣੇ ਜਿਹੜੇ ਅੱਜ ਮਤਲਬ ਇੱਕ ਹੜ੍ਹ ਤੋਂ ਬਾਅਦ ਫਸਲ ਆਪਣੀ ਮਾਰੀ ਗਈ, ਹੁਣ ਤੁਹਾਨੂੰ ਅਸਲ 'ਚ ਮੁਸ਼ਕਲ ਕੀ ਹੈ? ਸਾਨੂੰ ਪਾਣੀ ਦੀ ਬਹੁਤ ਪੀਣ ਵਾਲੇ ਦੀ ਮੁਸ਼ਕਲ ਹੈ ਜੀ। ਇੱਥੇ ਕੋਈ ਪੀਣ ਦਾ ਮਤਲਬ ਪਾਣੀ ਜਿਹੜਾ ਹੈਗਾ ਉਹਦਾ ਪ੍ਰਬੰਧ ਕੀ ਹੈ ਤੁਹਾਡੇ ਕੋਲ? ਕੋਈ ਪ੍ਰਬੰਧ ਨਹੀਂ ਜੀ, ਦੂਰੋਂ ਕਿਲੋਮੀਟਰ ਤੋਂ ਲਿਆਈਦਾ। ਮਤਲਬ ਕਿੰਨੀ ਕੁ ਦੂਰ ਮੋਟਰ ਲੱਗੀ? ਮੋਟਰ ਲੱਗੀ ਹੋਈ? ਨਹੀਂ, ਨਲਕਾ ਹੀ ਹੈ ਜੀ। ਨਲਕਾ ਹੱਥ ਨਾਲ ਗੇੜ ਕੇ ਤੁਸੀਂ? ਸਰਕਾਰੀ ਨਲਕਾ ਲੱਗਿਆ ਹੋਇਆ? ਹਾਂ ਜੀ। ਅਤੇ ਤੁਹਾਡੇ ਇੱਥੇ ਨਲਕਾ ਵਗੈਰਾ ਕਿਉਂ ਨਹੀਂ ਲੱਗਿਆ ਕੋਈ? ਇਹ ਉਧਲਾ ਏਰੀਆ, ਅਸੀਂ ਇੱਧਰ ਹੈਗੇ ਹਾਂ, 5 ਘਰ ਖੁਰਲਾਪੁਰ 'ਚ ਜੀ। ਠੀਕ ਹੈ, ਅਤੇ ਦੂਜੇ 20-25 ਘਰ ਨੇ ਲੁਧਿਆਣੇ 'ਚ ਜੀ। ਠੀਕ ਹੈ, ਕਿਉਂਕਿ ਉਹ ਵੀ ਲੁਧਿਆਣੇ ਵਾਲਿਆਂ ਦਾ ਲੱਗਿਆ ਹੋਇਆ ਜੀ, ਖੁਰਲਾਪੁਰ ਵਾਲਿਆਂ ਦਾ ਇੱਧਰ ਨਹੀਂ ਲੱਗਿਆ। ਮਤਲਬ ਇਹ ਦੁਆਬੇ ਵਾਲੇ ਬੰਨੇ ਏਰੀਆ ਵਾ? ਹਾਂ ਜੀ। ਕੁਛ ਕੁਦਰਤੀ ਤੌਰ 'ਤੇ ਦਰਿਆ ਨੇ ਜਿਹੜੀ ਵੰਡ ਕੀਤੀ ਉਹਦੇ ਵਿੱਚ ਕੁਛ ਏਰੀਆ ਲੁਧਿਆਣੇ ਜ਼ਿਲ੍ਹੇ ਦਾ ਵੀ ਇੱਧਰ ਆ ਗਿਆ। ਹਾਂ ਜੀ, ਉਹਨਾਂ ਕੋਲ ਨਲਕਾ ਆਪਣਾ ਹੈਗਾ? ਹਾਂ, ਉਹਨਾਂ ਦਾ ਸਰਕਾਰੀ ਨਲਕਾ ਲੱਗਿਆ ਹੋਇਆ। ਲੇਕਿਨ ਜਲੰਧਰ ਜ਼ਿਲ੍ਹੇ ਵਿੱਚ ਹੋਣ ਕਰਕੇ ਤੁਹਾਡੇ ਕੋਲ ਕੋਈ ਨਲਕਾ ਨਹੀਂ ਲੱਗਿਆ, ਨਾ ਹੀ ਕੋਈ ਮੋਟਰ ਲੱਗੀ? ਨਾ ਕੋਈ ਮੋਟਰ, ਨਾ ਕੋਈ ਨਲਕਾ। ਤੇ ਤੁਸੀਂ ਕੋਈ ਕਿਸੇ ਪਟਵਾਰੀ ਨੂੰ ਜਾਂ ਤਹਿਸੀਲਦਾਰ ਸਾਹਿਬ ਨੂੰ ਜਾਂ ਕੋਈ ਹੋਰ ਸਰਕਾਰੀ ਅਧਿਕਾਰੀ ਨੂੰ ਦੱਸਿਆ ਇਹਦੇ ਬਾਰੇ ਵੀ ਸਾਨੂੰ ਪਾਣੀ ਦੇ? ਸਰਪੰਚ ਮੈਂਬਰਾਂ ਨੂੰ ਜੀ ਦੱਸਦੇ ਰਹੇ ਹਾਂ, ਗਰੀਬ ਬੰਦਾ ਹੋਊਗਾ ਤਾਂ ਕਿਤੇ ਜਾ ਵੀ ਨਹੀਂ ਸਕਦਾ, ਦਿਹਾੜੀ ਵਾਲੇ ਬੰਦੇ। ਹਾਂ, ਅੱਛਾ, ਤੁਹਾਡੇ ਕੋਲ ਕੋਈ ਸਰਕਾਰੀ ਮੁਲਾਜ਼ਮ ਕਦੇ ਆਉਂਦਾ ਵੀ ਕੀ ਦੁੱਖ ਤਕਲੀਫ ਆ ਤੁਹਾਨੂੰ? ਨਹੀਂ ਜੀ, ਕੋਈ ਨਹੀਂ ਆਇਆ ਜੀ। ਇੱਕ ਵਾਰੀ ਡਾਕਟਰ ਜ਼ਰੂਰ ਆਇਆ ਸੀ, ਖਹਿਰਾਂ 'ਚੋਂ ਜੀ। ਠੀਕ ਹੈ, ਜਿਹੜੀ ਆਪਣੀ ਡਿਸਪੈਂਸਰੀ ਹੋਣੀ? ਹਾਂ ਜੀ, ਉੱਥੋਂ ਜ਼ਰੂਰ ਆਇਆ, ਉਦੋਂ ਪਾਣੀ ਤੋਂ ਬਾਅਦ।
ਠੀਕ ਹੈ, ਕੋਈ ਦਵਾਈ ਬੂਟੀ ਦੇ ਕੇ ਗਿਆ ਤੁਹਾਨੂੰ? ਹਾਂ, ਗੋਲੀਆਂ ਦੇ ਕੇ ਗਿਆ, 5-10 ਗੋਲੀਆਂ ਦੇ ਗਿਆ ਜੀ ਸਾਨੂੰ। ਮਤਲਬ ਹੁਣ ਆਪਾਂ ਕਹੀਏ ਵੀ ਜਿਹੜੀ ਪੀਣ ਵਾਲੇ ਪਾਣੀ ਦੀ ਤੁਹਾਨੂੰ ਮੁਸ਼ਕਿਲ ਹੈ? ਬਹੁਤ ਜ਼ਿਆਦਾ ਜੀ, ਕਿਉਂਕਿ ਇਹ ਤੁਹਾਨੂੰ 1-2 ਕਿਲੋਮੀਟਰ ਤੋਂ ਪਾਣੀ ਲੈ ਕੇ ਆਉਣਾ ਪੈਂਦਾ। ਸੋ ਦੋਸਤੋ, ਤੁਸੀਂ ਦੇਖ ਰਹੇ ਹੋ ਕਿਉਂਕਿ ਹੜ੍ਹ ਤੋਂ ਬਾਅਦ ਜੇ ਤਾਂ ਕਿਸਾਨ ਵੀਰ ਜਿਹੜੇ ਆਪਣੇ ਕਿਸਾਨੀ ਦਾ ਧੰਦਾ ਇੱਥੇ ਕਰਦੇ ਆ, ਜਿਹੜੇ ਇੱਥੇ ਲੋਕ ਬੈਠੇ ਆ, ਜੇ ਤਾਂ ਇਹਨਾਂ ਦੀ ਫਸਲ ਹੋ ਜਾਂਦੀ ਤੇ ਆਪਣੇ ਤੌਰ ਤੇ, ਕਿਉਂਕਿ 5-6 ਘਰ ਹੈਗੇ ਇਕੱਠੇ ਹੋ ਕੇ, ਇਹਨਾਂ ਦਾ ਇਰਾਦਾ ਸੀ ਵੀ ਅਸੀਂ ਬੋਰ ਕਰਾ ਲੈਣਾ ਤੇ ਆਪਣੀ ਮੋਟਰ ਲਾ ਲੈਣੀ ਹੈ, ਕਿਉਂਕਿ ਫਸਲ ਸਾਰੀ ਮਾਰੀ ਗਈ, ਆਮਦਨ ਦਾ ਕੋਈ ਜ਼ਰੀਆ ਨਹੀਂ ਰਿਹਾ ਤੇ ਇਹਨਾਂ ਨੂੰ ਪਾਣੀ ਦੀ ਬਹੁਤ ਤੰਗੀ ਹੈ। ਸੋ ਪੀਣ ਵਾਲਾ ਪਾਣੀ ਬਹੁਤ ਤਕਲੀਫ਼ ਵਿੱਚ ਹੈ। ਜਿਹੜੀਆਂ ਇਹਨਾਂ ਦੀਆਂ ਮੋਟਰਾਂ ਇੱਥੇ ਚੱਲਦੀਆਂ ਉਹ ਬੋਰ ਬਹੁਤ ਛੋਟਾ ਛੋਟਾ, ਜਿਹਦਾ ਕਿ ਪਾਣੀ ਪੀਣ ਯੋਗ ਨਹੀਂ ਹੈਗਾ। ਹਾਂਜੀ, 40-50 ਫੁੱਟ ਤੇ ਬੋਰ ਨੇ ਉਹ ਜੀ, ਉਹ ਪੀਣ ਦੇ ਯੋਗ। ਉਹ ਸਿੰਚਾਈ ਦਾ ਕੰਮ ਤੇ ਫਸਲਾਂ ਲਈ ਕਰ ਸਕਦਾ, ਲੇਕਿਨ ਪੀਣ ਦੇ ਉਹ ਯੋਗ ਨਹੀਂ ਹੈਗਾ। ਮੈਂ ਇੱਥੇ ਖੁਦ ਚੈੱਕ ਕੀਤਾ, ਜਿਹੜਾ TDS 1000 ਤੋਂ ਵੀ ਉੱਪਰ ਹੈ। ਸੋ ਇਹ ਪਾਣੀ ਅਸੀਂ ਨਹੀਂ ਪੀ ਸਕਦੇ। ਸੋ ਇਹ ਜਿਹੜੀ ਪਾਣੀ ਪੀਣ ਵਾਲੀ ਪੀਣ ਵਾਲੇ ਪਾਣੀ ਦੀ ਸਮੱਸਿਆ ਵਾ, ਇਹਦੇ ਵਾਸਤੇ ਅਸੀਂ ਸਰਦਾਰ ਨਿਰਮਲ ਸਿੰਘ ਜੀ, ਜਿਹੜੇ ਕਿ ਆਪਣੇ ਸੰਘੇ ਖਾਲਸਾ ਪਿੰਡ ਨੂਰਮਹਿਲ ਦੇ ਰਹਿਣ ਵਾਲੇ ਆ, ਉਹਨਾਂ ਨੂੰ ਬੇਨਤੀ ਕੀਤੀ ਸੀ ਸੰਘੇ ਖਾਲਸਾ ਓਵਰਸੀਜ਼ ਵੈਲਫੇਅਰ ਕਮੇਟੀ ਨੂੰ ਕਿ ਇਹ ਜਿਹੜੇ ਵੀਰ ਬੈਠੇ ਆ ਇੱਥੇ, ਕਿਸਾਨ ਵੀਰ ਬੈਠੇ ਆ, ਇਹਨਾਂ ਦੀ ਪਾਣੀ ਦੀ ਜਿਹੜੀ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਹੈ, ਇਹਦੇ ਵਾਸਤੇ ਕੋਈ ਹੱਲ ਕਰਨ। ਸੋ ਸਾਨੂੰ ਉਹਨਾਂ ਨੇ ਭਰੋਸਾ ਦਵਾਇਆ ਵੀ ਜਲਦੀ ਅਸੀਂ ਇਸ ਏਰੀਏ ਦਾ ਗੇੜਾ ਕੱਢਾਂਗੇ, ਔਰ ਗੇੜਾ ਕੱਢਣ ਤੋਂ ਬਾਅਦ ਇੱਕ ਨਿੱਜੀ ਤੌਰ 'ਤੇ ਸਰਵੇ ਕੀਤਾ ਜਾਊਗਾ। ਔਰ ਜਿਹੜੇ ਵੀ ਇੱਥੇ ਸਾਡੇ ਲੋਕ ਬੈਠੇ ਆ ਜਿਹਨਾਂ ਨੂੰ ਪੀਣ ਵਾਲੀ ਪਾਣੀ ਦੀ ਜਿਹੜੀ ਮੁਸ਼ਕਿਲ ਆ, ਜੇ ਅਸਲ ਦੇ ਵਿੱਚ ਮੁਸ਼ਕਿਲ ਹੋਈ ਤਾਂ ਉਹਨਾਂ ਨੇ ਸਾਨੂੰ ਇਹ ਸਾਡੇ ਨਾਲ ਵਾਅਦਾ ਕੀਤਾ ਵੀ ਉਹ ਜਲਦੀ ਤੋਂ ਜਲਦੀ ਇਹ ਜਿਹੜੀ ਪਾਣੀ ਦੀ ਪੀਣ ਵਾਲੀ ਸਮੱਸਿਆ ਨੂੰ ਦੂਰ ਕਰਨਗੇ ਔਰ ਇਹਨਾਂ ਨੂੰ ਬੋਰ ਕਰਵਾ ਕੇ ਦੇਣਗੇ। ਸੋ ਮੈਂ ਇੱਥੇ ਬੇਨਤੀ ਕਰਨੀ ਚਾਹੁੰਦਾ ਕਿ ਸਰਦਾਰ ਨਿਰਮਲ ਸਿੰਘ ਜੀ ਸੰਘੇ ਖਾਲਸਾ ਪਿੰਡ ਨੂਰਮਹਿਲ ਦੇ ਨੇੜੇ ਆ, ਜਿਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਪਿੰਡ ਦੇ ਵਿੱਚ NRI ਜਿਹੜੇ ਵੀਰ ਆ ਉਹਨਾਂ ਦੀ ਮਦਦ ਦੇ ਨਾਲ ਉੱਥੇ ਸੀਵਰੇਜ ਪਾਇਆ, ਔਰ ਨਾਲ ਦੀ ਨਾਲ ਉਹ ਹਰੇਕ ਮਾਘੀ ਦਾ ਮੇਲਾ ਜਿਹੜਾ ਕਿ 14 ਜਨਵਰੀ ਨੂੰ ਆਉਂਦਾ ਨੂਰਮਹਿਲ ਦੇ ਨੇੜੇ, ਆਪਣੇ ਪਿੰਡ ਦੇ ਵਿੱਚ ਉਹ ਟੂਰਨਾਮੈਂਟ ਕਰਾਉਂਦੇ ਆ, ਇੱਕ ਬਕਾਇਦਾ ਉੱਥੇ ਨਾਟਕ ਮੇਲਾ ਕਰਾਉਂਦੇ ਆ, ਔਰ ਬੱਚਿਆਂ ਨੂੰ ਜਿਹੜੇ ਸਕੂਲਾਂ ਦੇ ਵਿਦਿਆਰਥੀ ਉੱਥੇ ਪਹੁੰਚਦੇ ਆ ਜਿਨ੍ਹਾਂ ਨੂੰ ਕੋਈ ਕਿਤਾਬਾਂ ਕਾਪੀਆਂ ਦੀ ਲੋੜ ਹੁੰਦੀ, ਇਹ ਸਾਰੀ ਉਹ ਮਦਦ ਕਰਦੇ ਆ, ਔਰ ਹੋਰ ਵੀ ਪਿੰਡ ਦੇ ਵਿੱਚ ਉਹਨਾਂ ਨੇ ਬੜੇ ਵਧੀਆ ਵਧੀਆ ਉਪਰਾਲੇ ਕੀਤੇ ਆ NRI ਵੀਰਾਂ ਦੇ ਨਾਲ ਰਲ ਕੇ, ਪਿੰਡ ਨਿਵਾਸੀਆਂ ਦੇ ਨਾਲ ਰਲ ਕੇ ਪਿੰਡ ਨੂੰ ਸਵਰਗ ਦਾ ਰੂਪ ਉਹਨਾਂ ਨੇ ਦੇ ਦਿੱਤਾ, ਸਾਫ਼ ਸਫਾਈ ਪਿੰਡ ਦੇ ਵਿੱਚ ਕੀਤੀ ਹੋਈ ਹੈ, ਔਰ ਸੀਵਰੇਜ ਪਾ ਕੇ ਸਾਰਾ ਹੀ ਪਾਣੀ ਜਿਹੜਾ ਗੰਦਾ ਹੁੰਦਾ ਉਹਨੂੰ ਟ੍ਰੀਟ ਕਰਕੇ ਸਾਫ਼ ਕਰ ਲਿਆ, ਔਰ ਉਹਨੂੰ ਰੀਸਰਕਲ ਕਰਕੇ ਪਾਣੀ ਨੂੰ ਫਿਰ ਦੁਬਾਰਾ ਯੂਜ਼ ਕਰ ਰਿਹਾ। ਸੋ ਮੈਂ ਇਸ ਵੀਡੀਓ ਰਾਹੀਂ ਸਰਦਾਰ ਨਿਰਮਲ ਸਿੰਘ ਜੀ ਨੂੰ, ਇਹ ਜਿਹੜਾ ਰੰਧਾਵਾ ਪਰਿਵਾਰ ਆ ਜੋ ਕਿ ਮਾਘੀ ਦੇ ਉੱਤੇ ਮੇਲਾ ਕਰਾਉਂਦਾ, ਉਹਨਾਂ ਨੂੰ ਬੇਨਤੀ ਫਿਰ ਵੀ ਇਸ ਵੀਡੀਓ ਰਾਹੀਂ ਕਰਦਾ ਵੀ ਉਹ ਜਲਦੀ ਤੋਂ ਜਲਦੀ ਇਸ ਏਰੀਏ ਦਾ ਗੇੜਾ ਮਾਰਨ, ਔਰ ਜਿਹੜੇ ਸਾਡੇ ਇੱਥੇ ਵੀਰ ਬੈਠੇ ਆ, ਲੋਕ ਬੈਠੇ ਆ, ਸਾਡੀਆਂ ਬੀਬੀਆਂ ਭੈਣਾਂ ਵੀ ਰਹਿੰਦੀਆਂ ਨਿਵਾਸੀ ਆ ਜਿਹੜੇ ਲੋਕਲ, ਇਹਨਾਂ ਦੀ ਜਿਹੜੀ ਪਾਣੀ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਆ ਉਹਨੂੰ ਹੱਲ ਕਰਨ। ਭੈਣ ਜੀ, ਕੀ ਨਾਂ ਤੁਹਾਡਾ? ਮਨਜੀਤ ਕੌਰ। ਅੱਛਾ, ਜਿਵੇਂ ਵੀਰ ਜੀ ਨੇ ਦੱਸਿਆ ਵੀ ਇੱਥੇ ਪੀਣ ਵਾਲੇ ਪਾਣੀ ਦੀ ਸਮੱਸਿਆ ਬਹੁਤ ਆ, ਤੁਹਾਨੂੰ ਬਹੁਤ ਮੁਸ਼ਕਿਲ ਆ? ਬਹੁਤ ਮੁਸ਼ਕਿਲ ਆ ਸਾਨੂੰ ਤਾਂ। ਫਿਰ ਤੁਸੀਂ ਭੈਣ ਜੀ ਕਿਵੇਂ ਸਾਰਦੇ ਹੋ ਘਰ ਦਾ ਜਿਹੜਾ ਪਾਣੀ ਦਾ ਕੰਮ ਹੁੰਦਾ, ਰੋਟੀ ਪਾਣੀ ਬਣਾਉਣਾ ਹੁੰਦਾ, ਇਹ ਕਿਵੇਂ ਪਾਣੀ ਦਾ ਗੁਜ਼ਾਰਾ ਹੁੰਦਾ? ਬਹੁਤ ਦੂਰ ਮੁਸ਼ਕਿਲ ਆ, ਪਾਣੀ ਦੇ ਬੰਦੇ ਹੋਣ ਤਾਂ ਪਾਣੀ ਲੈ ਆਉਂਦੇ ਆ, ਨਹੀਂ ਤਾਂ ਅਸੀਂ ਫਿਰ ਘਰੇ ਬੈਠੇ ਨੇ, ਜਦੋਂ ਬੰਦੇ ਆਉਣਗੇ ਸ਼ਾਮ ਨੂੰ ਉਦੋਂ ਪਾਣੀ ਲਿਆਉਣਗੇ ਤੇ ਫਿਰ ਅਸੀਂ ਰੋਟੀ ਪਾਣੀ ਕਰਦੇ ਆ। ਸੋ ਦੋਸਤੋ, ਤੁਸੀਂ ਦੇਖ ਰਹੇ ਹੋ ਵੀ ਬੀਬੀਆਂ ਕਹਿ ਰਹੀਆਂ ਵੀ ਜੇ ਆਦਮੀ ਘਰੇ ਹੋਣਗੇ, ਜਾਣੀ ਕਿ ਖੇਤੀਬਾੜੀ ਕੰਮ ਤੋਂ ਵਿਹਲੇ ਹੋਣ, ਤਾਂ ਫਿਰ ਉਹਨਾਂ ਦੇ ਘਰੇ ਪਾਣੀ ਆ ਸਕਦਾ, ਕਿਉਂਕਿ 1-2 ਕਿਲੋਮੀਟਰ ਤੋਂ ਜਾ ਕੇ ਪਾਣੀ ਲਿਆਉਣਾ ਪੈਂਦਾ ਨਲਕਾ ਗੇੜ ਕੇ। ਸੋ ਪੀਣ ਵਾਲੇ ਪਾਣੀ ਦੀ ਬਹੁਤ ਮੁਸ਼ਕਿਲ ਆ। ਸੋ ਜਿਵੇਂ ਮੈਂ ਸਮਾਜ ਸੇਵਕਾਂ ਨੂੰ ਬੇਨਤੀ ਕੀਤੀ ਹੈ, ਅਸੀਂ ਆਸ ਕਰਦੇ ਹਾਂ ਵੀ ਇਹ ਕਮੇਟੀ ਸੰਘੇ ਖਾਲਸਾ ਵੈਲਫੇਅਰ ਓਵਰਸੀਜ਼ ਕਮੇਟੀ ਜਲਦੀ ਤੋਂ ਜਲਦੀ ਇਸ ਇਲਾਕੇ ਦਾ ਦੌਰਾ ਕਰੂਗੀ, ਔਰ ਇਹ ਦੋਸਤਾਂ ਵਾਸਤੇ ਇਹ ਜਿਹੜੇ ਇਲਾਕਾ ਨਿਵਾਸੀ ਲੋਕ ਆ ਜੋ ਇਹਨਾਂ ਦੀ ਪਾਣੀ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਆ ਇਹਨੂੰ ਹੱਲ ਕਰਨਗੇ। ਧੰਨਵਾਦ ਜੀ।